ਕਿਹੜੀ ਜਗ੍ਹਾ ਤੋਂ ਭਾਅ ਜੀ ਆ ਰਹੇ, ਕਿੱਥੋਂ ਕਿੱਥੇ ਜਾ ਰਹੇ ਸੀਗੇ ਦੱਸੋ ਤੁਸੀਂ? ਅਸੀਂ ਜਲੰਧਰ ਡਿਊਟੀ ਵਾਸਤੇ ਗੁਰਦਾਸਪੁਰ ਜਾ ਰਹੇ। ਗੁਰਦਾਸਪੁਰ, ਠੀਕ ਹੈ। ਅਤੇ ਕਿੰਨੇ ਕੁ ਵਜੇ ਦਾ ਟਾਈਮ ਸੀਗਾ? ਅਸੀਂ ਬਿਲਕੁਲ 5 ਵਜੇ ਚੱਲੇ, 5 ਵਜੇ ਉੱਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ, ਅਤੇ ਤੁਹਾਡੇ ਸਾਹਮਣੇ ਲਾ ਲਓ 5 ਉੱਥੋਂ ਜਲੰਧਰ ਤੋਂ ਇੱਥੇ ਤੱਕ ਦਾ ਬੜਾ ਬੜਾ ਘੰਟੇ ਦਾ ਸਫ਼ਰ ਹੈ ਸਾਰਾ, ਠੀਕ ਹੈ। ਉਹ ਘੰਟੇ 'ਚ ਅਸੀਂ ਇੱਥੇ ਪਹੁੰਚਿਆ, 10 ਮਿੰਟ ਹੀ ਹੋਇਆ, ਅਤੇ ਗੱਡੀ ਤੋਂ ਸਾਨੂੰ ਸਾਨੂੰ ਤਾਂ ਆਪ ਨਹੀਂ ਪਤਾ, ਸਾਰੇ ਬੰਦੇ ਘੱਟ ਤੁਹਾਡਾ ਕਈਆਂ ਦਾ ਅੱਖਾਂ ਉੱਖਾਂ ਲੱਗੀਆਂ ਹੋਈਆਂ, ਜਿੱਦਾਂ ਸੁੱਤੇ ਪਏ ਤਾਂ ਵਿੱਚ ਜਾਗਦੇ ਵੀ ਹੈ, ਤਾਂ ਰੌਲੀ ਪੈ ਗਈ ਇੱਕ ਵਾਰ ਵੀ, ਗੱਡੀ ਰੋਂਗ ਸਾਈਡ ਚੱਲ ਗਈ ਹੈ, ਅਤੇ ਉਹਦੇ ਪਤਾ ਲੱਗਿਆ ਜਦੋਂ ਸੁੱਤੀ। ਹਾਂ ਆਹ ਬੱਚੀ ਹੈ ਗੱਡੀ, ਠੀਕ ਹੈ। ਅਤੇ ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤੁਹਾਡੇ ਸਾਹਮਣੇ ਸਰ, ਇੱਕ ਦੋ ਡੱਚ ਵੀ ਹੋ ਗਏ, ਇੱਕ ਦੋ ਡੈਥ ਹੋ ਗਈ, ਅਤੇ ਬਾਕੀ ਸਾਰੇ ਜ਼ਖਮੀ ਹੈ, ਪਰ ਜ਼ਖਮੀ ਬਹੁਤ ਆ, ਜਿਹਨਾਂ ਨੂੰ ਹੁਣ ਹਸਪਤਾਲ ਲੈ ਗਏ ਆ, ਘੱਟੋ ਘੱਟ 10-12 ਜਿਹੜੇ ਜ਼ਖਮੀ ਆ, 10 ਹੋਣੇ ਆ ਜਿਹੜੇ ਹਸਪਤਾਲ ਲੈ ਗਏ। ਠੀਕ ਹੈ। ਆਪਣਾ ਕੀ ਨਾਮ? ਮੇਰਾ KSI ਜਤਿੰਦਰ ਸਿੰਘ ਮੇਰਾ ਨਾਂ ਆ, ਮੈਂ PAP ਜਲੰਧਰ 'ਚ ਉੱਥੇ ਡਿਊਟੀ ਕਰਦਾ। ਓਕੇ, ਅਸੀਂ ਤਾਂ ਮੈਂ 6 ਵਜੇ ਦੇ ਕਰੀਬ ਜੀ ਸਾਡੇ ਗੁਰਦਾਸਪੁਰ ਦੀ ਡਰਾਈਵਰ ਫੋਰਸ ਲੈ ਕੇ ਜਲੰਧਰ ਤੋਂ DAP ਤੋਂ ਲੈ ਕੇ ਆ ਰਿਹਾ ਸੀਗਾ ਜੀ। ਉਹ ਅਚਾਨਕ ਇੱਥੇ ਟਰਾਲਾ ਖੜਾ ਸੀਗਾ ਰੋਡ 'ਤੇ, ਉਹਦੇ ਵਿੱਚ ਵੱਜ ਗਈ ਆ। ਉਹ ਵੱਜਣ ਕਾਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ, ਇੱਕ ਨਾਲ ਲੇਡੀ ਕੰਸਟੇਬਲ ਸੀ ਉਹਦੀ ਡੈਥ ਹੋਈ ਆ ਜੀ, ਇੱਕ ਮੁਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ, ਅਤੇ 3-4 ਮੁਲਾਜ਼ਮ ਇੰਜਰਡ ਹੋਏ ਆ ਜੀ। ਉਹਨਾਂ ਨੂੰ ਫਸਟ ਦੇ ਕੇ ਹੋਸਪਿਟਲ ਭੇਜਿਆ ਜੀ, ਉੱਥੋਂ ਕੁਛ ਰੈਫਰ ਕੀਤੇ 2 ਜੀ ਜਲੰਧਰ ਨੂੰ, ਅਤੇ ਬਾਕੀ DSP ਸਾਹਿਬ ਆ ਸਾਡੇ ਵਿੱਚ ਸਾਹਿਬ ਮੌਕੇ 'ਤੇ ਜੀ, ਉੱਥੇ ਉਤਾਰੇ ਆ ਜੀ। ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਸਕਦਾ? ਅਜੇ ਫਿਲਹਾਲ ਕੋਈ ਕਾਰਨਾਂ ਦਾ ਪਤਾ ਨਹੀਂ ਗਾ ਜੀ ਕਿਵੇਂ ਹੋਇਆ ਜੀ, ਬਾਕੀ ਸਾਰੀ ਜਾਣਕਾਰੀ ਦੇਖਦੇ ਹਾਂ ਜੀ, ਉਸ ਤੋਂ ਬਾਅਦ ਦਵਾਂਗੇ। ਅਤੇ ਮੁਲਾਜ਼ਮਾਂ ਦੀ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ? ਮੁਲਾਜ਼ਮਾਂ ਦੀ ਜਿਹੜੀ ਬੱਸ ਹੈ ਜੀ, ਇਹ ਜਲੰਧਰ ਤੋਂ PAP ਸੈਂਟਰ ਤੋਂ ਲੈ ਕੇ ਇਹ ਆਪਣੇ ਗੁਰਦਾਸਪੁਰ ਨੂੰ ਜਾ ਰਹੇ ਸੀ। ਠੀਕ ਹੈ ਜੀ। ਕਿੰਨੇ ਕੁ ਜਾਣੇ ਸੀਗੇ ਜੀ? ਮੁਲਾਜ਼ਮ ਸੀਗੇ ਜੀ 15-20 ਜਾਣੇ ਸੀਗੇ। ਠੀਕ ਹੈ, ਧੰਨਵਾਦ, ਸ਼ੁਕਰੀਆ। ਇਹ ਕਿੱਦਾਂ ਐਕਸੀਡੈਂਟ ਹੋਇਆ ਭਾਈ? ਐਕਸੀਡੈਂਟ ਤਾਂ ਪਤਾ ਨੀਂਦ ਨੂੰ ਉਹਦੀ ਆਈ ਆ, ਨੀਂਦ ਆ ਗਈ ਬੰਦੇ ਨੂੰ ਮਾਰਨਾ ਮੁੱਖਾ ਦੇ ਟਰਾਲੇ ਦੇ ਵਿੱਚ। ਇਹ ਫਿਰ ਕਿੰਨੇ ਕੁ ਵਜੇ ਦਾ ਟਾਈਮ ਸੀਗਾ? ਇਹ 6:30 ਵਜੇ ਦਾ ਟਾਈਮ ਸੀ।
ਹਾਂਜੀ ਸਾਢੇ ਛੇ ਵਜੇ ਅੱਛਾ ਅੱਛਾ ਸਾਢੇ ਛੇ ਵਜੇ ਸਾਢੇ ਛੇ ਦਾ ਟਾਈਮ ਬੰਦਾ ਗਿਆ ਪੁਲਿਸ ਵਾਲਾ ਗੁਰਦੁਆਰਾ ਸਾਹਿਬ ਹਾਂ ਉੱਥੋਂ ਬੰਦੇ ਬੁਲਾ ਕੇ ਲਿਆ ਦੇਖਿਆ ਹੋਣਗੇ ਕਾਫੀ ਸੱਟਾਂ ਸੁੱਟਾਂ ਲੱਗੀਆਂ ਸੀ ਬੰਦਿਆਂ ਨੂੰ ਬਹੁਤ ਜ਼ਿਆਦਾ ਫਿਰ ਮੈਂ ਗੁਰਦੁਆਰਾ ਸਾਹਿਬ ਗ੍ਰੰਥ ਦੀ ਡਿਊਟੀ ਕਰੀ ਦੀ ਆ ਮੈਂ ਤਾਂ ਚਲ ਗਿਆ ਅਰਦਾਸ ਕਰਨ ਨੂੰ ਬੰਦੇ 'ਚ ਲੱਗੇ ਪਰ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਵੀ ਕੋਈ ਜੇ ਸੀ ਪੀ ਨਹੀਂ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸਹਿਕ ਸਹਿਕ ਮਰਨ ਡੇ ਆ ਇੱਥੇ ਇੰਨਾ ਵੀ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਚੀਜ਼ਾਂ ਉਪਲਬਧ ਹੋਣੀਆਂ ਚਾਹੀਦੀਆਂ ਅਤੇ ਕਰੇਨ ਕਰੂਨ ਤਾਂ ਆਉਣੀ ਚਾਹੀਦੀ ਇੰਨੇ ਸਾਢੇ ਪੰਜ ਐਕਸੀਡੈਂਟ ਹੋਇਆ ਅਜੇ ਤੱਕ ਕੋਈ ਚੀਜ਼ ਨਹੀਂ ਆਈ ਇੱਥੇ